ਵੱਡੀ ਖਬਰ ਪੰਜਾਬ ਦੇ ਟਰਾਂਸਪੋਰਟ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ। ਇਸ ਕਰਕੇ ਅੱਜ ਪੰਜਾਬ ਦੇ ਵਿੱਚ ਕਿਸੇ ਦਾ ਵੀ ਚਲਾਨ ਨਹੀਂ ਕੱਟਿਆ ਜਾਏਗਾ ਅਤੇ ਅੱਜ ਦੇ ਦਿਨ ਨੂੰ ਨੋ ਚਲਾਨ ਡੇ ਵਜੋਂ ਮਨਾਇਆ ਜਾ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸੰਬੰਧੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਡਿਊਟੀਆਂ ਲਾਈਆਂ ਨੇ। ਜਿਹੜੇ ਵਰਕਰ ਨੇ, ਜਿਹੜੇ ਵਲੰਟੀਅਰ ਨੇ, ਉਹ ਤੈਨਾਤ ਕੀਤੇ ਨੇ, ਜਿਹੜੇ ਕਿ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਤੁਸੀਂ ਸੜਕਾਂ ਦੇ ਉੱਤੇ ਨਿਯਮਾਂ ਦੀ ਪਾਲਣਾ ਕਰਨੀ ਹੈ ਤਾਂ ਕਿ ਤੁਹਾਡਾ ਚਲਾਨ ਕੱਟਿਆ ਹੀ ਨਾ ਜਾ ਸਕੇ। ਜਿਹੜੇ ਵੀ ਟ੍ਰੈਫਿਕ ਨਿਯਮ ਹੈਗੇ ਨੇ ਉਹਨਾਂ ਦੀ ਉਲੰਘਣਾ ਨਹੀਂ ਕਰਨੀ। ਨਹਿਰੂ ਜੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ, ਬਰਥ ਐਨਵਰਸਰੀ ਹੈ ਜਿਨ੍ਹਾਂ ਦੀ, ਆਪਾਂ ਉਹਨਾਂ ਦਾ ਦਿਨ ਦਿਹਾੜਾ ਮਨਾਉਂਦੇ ਹੋਏ ਨਾਲ ਹੀ ਨਾਲ ਆਪਾਂ ਸਾਰਿਆਂ ਨੇ ਇਹ ਪ੍ਰਣ ਕੀਤਾ ਹੈ ਕਿ ਕੱਲ੍ਹ ਨੂੰ ਨੋ ਚਲਾਨ ਡੇ ਮਨਾਇਆ ਜਾਏਗਾ। ਯਾਨੀ ਕਿ ਕਿਸੇ ਵਿਅਕਤੀ ਦਾ ਕੋਈ ਚਲਾਨ ਨਹੀਂ ਹੋਏਗਾ। ਔਰ ਲੋਕਾਂ ਨੂੰ ਅਪੀਲ ਕੀਤੀ ਜਾਏਗੀ ਯੂਥ ਕਾਂਗਰਸ ਦੇ ਲੋਕਾਂ ਵੱਲੋਂ, ਕੱਲ੍ਹ ਮਹਿਲਾ ਕਾਂਗਰਸ ਵੱਲੋਂ, NSUI ਵੱਲੋਂ, ਨਾਲ ਕੁਝ MLA ਸਾਹਿਬਾਨਾਂ ਵੱਲੋਂ, ਕਿ ਦਿਹਾੜਾ ਮਨਾਇਆ ਜਾਏਗਾ ਕਿ ਅੱਜ ਦੇ ਦਿਨ ਕੋਈ ਚਲਾਨ ਨਹੀਂ ਹੋਏਗਾ ਅਤੇ ਅਸੀਂ ਲੋਕਾਂ ਨੂੰ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕਰਾਂਗੇ ਕਿ ਕਿੰਨੀਆਂ ਮੌਤਾਂ ਹੁੰਦੀਆਂ ਐਕਸੀਡੈਂਟਲ। ਸੋ ਸਾਨੂੰ ਰੋਡ ਸੇਫਟੀ ਦੇ ਪ੍ਰਤੀ ਸਾਨੂੰ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਆਓ ਰਲ ਮਿਲ ਕੇ ਆਪਾਂ ਸਾਰੇ ਜਾਣੇ ਕੱਲ੍ਹ ਨੂੰ ਇੱਕ ਸਹੁੰ ਚੁੱਕੀਏ ਕਿ ਅਸੀਂ ਕੋਈ ਕਾਨੂੰਨ ਨਹੀਂ ਤੋੜਾਂਗੇ। ਸੋ ਉਮੀਦ ਕਰਦਾ ਕਿ ਕੱਲ੍ਹ ਤੁਸੀਂ ਸਭ ਲੋਕ ਜਿਨ੍ਹਾਂ ਦੀ ਡਿਊਟੀ ਲਾਈ ਹੈ, ਤਮਾਮ ਲੋਕ ਔਰ ਸਾਰੇ ਲੋਕ ਸਾਡਾ ਸਾਥ ਵੀ ਦਿਓਗੇ। ਅਲੱਗ ਅਲੱਗ ਆਪਦੀਆਂ ਜਗ੍ਹਾ 'ਤੇ ਖੜ੍ਹੇ ਹੋ ਕੇ, ਜਿੱਥੇ ਵੀ ਤੁਹਾਨੂੰ ਜਗ੍ਹਾ ਦੱਸੀ ਗਈ ਹੈ ਉੱਥੇ ਖੜ੍ਹੇ ਹੋ ਕੇ ਤੁਸੀਂ ਇਸ ਅਵੇਅਰਨੈਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ।